ਸੋ ਇੱਕ 5 ਲੱਖ ਦਾ ਘਰ ਬਾਇ ਕਰਨ ਲਈ ਤੁਹਾਡਾ ਕਿੰਨਾ ਖਰਚਾ ਆ ਜਾਂਦਾ ਅਤੇ ਕਿੰਨੇ ਤੁਹਾਨੂੰ ਪੈਸੇ ਜਿਹੜੇ ਔਨ ਹੈਂਡ ਚਾਹੀਦੇ ਆ? ਸੋ ਮੰਨ ਲਓ ਹੁਣ ਜੇ ਆਪਣੇ ਕੋਲ 5 ਲੱਖ ਦਾ ਘਰ ਹੈਗਾ ਆ, ਜਿਹੜਾ ਕਿ ਆਪਾਂ ਪਰਚੇਸ ਪ੍ਰਾਈਜ਼ 5 ਲੱਖ ਮੰਨ ਕੇ ਚੱਲੇ ਹਾਂ ਫੋਰ ਮਿਸਟਰ ਸਿੰਘ ਦੇ ਲਈ, ਅਤੇ ਜਿਹੜਾ ਪ੍ਰੋਪਰਟੀ ਟੈਕਸ ਉਹਦਾ ਕਰੀਬ ਕਰੀਬ $3,000 ਬਣਦਾ ਆ। ਸੋ ਜੇ ਤੁਸੀਂ ਹੋਮ ਇੰਸਪੈਕਸ਼ਨ ਕਰਵਾਓਗੇ ਤਾਂ ਤੁਹਾਡਾ $400 to $450 ਖਰਚਾ ਆ ਸਕਦਾ ਹੈ। ਅਤੇ ਉਸ ਤੋਂ ਬਾਅਦ ਮਿਨੀਮਮ ਡਾਊਨ ਪੇਮੈਂਟ ਜਿਹੜੀ ਤੁਹਾਨੂੰ 5% ਚਾਹੀਦੀ ਹੁੰਦੀ ਹੈ 5 ਲੱਖ ਤੱਕ ਜਿਹੜਾ ਘਰ ਬਾਏ ਕਰਨ ਦੇ ਲਈ। ਸੋ ਅੱਜ ਦਾ ਰੇਟ ਆਫ ਇੰਟਰਸਟ ਕਰੀਬ ਕਰੀਬ 4.8% ਤੋਂ ਲੈ ਕੇ 5.1% ਡਿਫਰੈਂਟ ਬੈਂਕਸ ਦੇ ਰਹੀਆਂ ਨੇ। ਸੋ ਆਪਾਂ ਕੈਲਕੂਲੇਟ ਕਰ ਲੈਂਦੇ ਹਾਂ, ਤਾਂ ਜਿਹੜਾ ਤੁਹਾਡਾ ਐਮੋਟਾਈਜੇਸ਼ਨ ਪੀਰੀਅਡ ਹੋਏਗਾ ਉਹ 25 ਸਾਲ ਬਣੇਗਾ। ਸੋ ਨੰਬਰਸ ਹੈਗੇ ਨੇ, ਜੇ ਤੁਸੀਂ 5 ਲੱਖ ਦਾ ਘਰ ਬਾਏ ਕਰ ਰਹੇ ਹਾਂ ਤੁਹਾਨੂੰ ਡਾਊਨ ਪੇਮੈਂਟ 25,000 ਚਾਹੀਦੀ ਹੋਏਗੀ, ਅਤੇ ਉਸ ਤੋਂ ਬਾਅਦ ਤੁਹਾਡਾ ਮੋਰਗੇਜ ਜਿਹੜੀ ਰਹਿ ਜਾਂਦੀ ਹੈ ਉਹ 4,75,000 ਦੀ ਰਹਿ ਜਾਂਦੀ ਹੈ, ਅਤੇ ਉਸ ਦੇ ਵਿੱਚ ਤੁਹਾਡਾ $19,000 ਐਡ ਹੋਏਗਾ ਐਜ਼ ਅ CMSC ਫੀਸ, ਕੁਝ ਤੁਸੀਂ ਜਿਹੜਾ 20% ਤੋਂ ਘੱਟ ਦੇ ਰਹੇ ਹੋ। ਸੋ ਹੁਣ ਤੁਹਾਡੀ ਜਿਹੜੀ ਮੋਰਗੇਜ ਅਮਾਊਂਟ ਟੋਟਲ ਬਣ ਜਾਂਦਾ 4,94,000। ਉਸ ਤੋਂ ਬਾਅਦ ਤੁਹਾਨੂੰ ਲੈਂਡ ਟ੍ਰਾਂਸਫਰ ਟੈਕਸ ਦੇਣਾ ਪੈਂਦਾ, ਜਿਹੜਾ ਕਿ ਇਸ ਸਿਚੁਏਸ਼ਨ ਦੇ ਵਿੱਚ ਲਗਭਗ ਬਣੇਗਾ $6,500, ਪਰ ਐਜ਼ ਏ ਫਸਟ ਟਾਈਮ ਹੋਮ ਬਾਇਰ ਤੁਹਾਨੂੰ $4,000 ਐਜ਼ ਏ ਰੀਬੇਟ ਮਿਲ ਜਾਂਦਾ, ਤਾਂ ਉਹ ਕਰੀਬ ਕਰੀਬ ਤੁਹਾਡਾ $2,475 ਰਹਿ ਜਾਂਦਾ ਆ। ਉਸ ਤੋਂ ਬਾਅਦ ਲੋਇਰ ਫੀਸ ਤੁਹਾਡੀ ਲੱਗ ਜਾਂਦੀ ਹੈ ਜੀ, ਅਤੇ ਉਸਦੇ ਨਾਲ ਨਾਲ ਟਾਈਟਲ ਇੰਸ਼ੋਰੈਂਸ ਲੱਗ ਜਾਂਦੀ ਆ। ਸੋ ਲੋਇਰ ਦੀ ਫੀਸ ਪਲੱਸ ਡਿਸਪਰਸਮੈਂਟ ਚਾਰਜਿਸ ਹੁੰਦੇ ਨੇ, ਹੋਰ ਇੱਕ ਲੋਇਰ ਤੁਹਾਨੂੰ ਐਟ ਏ ਟਾਈਮ ਦੱਸਦਾ ਆ। ਸੋ ਆਪਾਂ ਇਹਦੇ ਵਿੱਚ ਤੁਹਾਨੂੰ ਮੰਨਿਆ ਵਾ $1,600। ਸੋ ਰਾਈਟ ਨਾਓ ਆਪਾਂ ਲੈ ਕੇ ਚੱਲੇ ਹਾਂ $1,625 ਤੁਹਾਡੀ, $1,300 ਲੋਇਰ ਦੀ ਫੀਸ ਅਤੇ $325 ਤੁਹਾਡਾ ਟਾਈਟਲ ਇੰਸ਼ੋਰੈਂਸ, ਪਰ ਇਹ ਇਸ ਤੋਂ ਵੱਧ ਵੀ ਹੋ ਸਕਦਾ ਆ। ਸੋ $1,500 ਤੁਸੀਂ $1,000 to $1,500 ਐਕਸਟਰਾ ਮੰਨ ਕੇ ਚੱਲਿਓ। ਤੋ ਉਸ ਤੋਂ ਬਾਅਦ ਤੁਹਾਡਾ PST ਲੱਗਦੀ ਆ CMSC ਫੀਸ ਦੇ ਉੱਤੇ, $1,500 ਉਹ ਬਣੇਗੀ। ਸੋ ਜਿਹੜਾ ਟੋਟਲ ਤੁਹਾਨੂੰ ਔਨ ਹੈਂਡ ਪੈਸਾ ਚਾਹੀਦਾ ਹੋਣਾ ਵਾ ਕਲੋਜ਼ਿੰਗ ਕੋਸਟ ਪਾ ਕੇ $31,000 ਚਾਹੀਦਾ ਹੋਣਾ ਆ। ਸੋ ਜਿਹਦੇ ਵਿੱਚ ਕਿ $6,000 ਆ ਤੁਹਾਡਾ ਉਹ ਕਲੋਜ਼ਿੰਗ ਕੋਸਟ ਆ ਜਾਂਦਾ ਆ। ਅਤੇ ਇਸ ਤੋਂ ਇਲਾਵਾ ਜਦੋਂ ਆਪਾਂ ਮੋਰਗੇਜ ਦੀ ਗੱਲ ਕਰੀਏ ਤਾਂ $2,831 ਤੁਹਾਡੀ ਮੰਥਲੀ ਮੋਰਗੇਜ ਬਣੇਗੀ, ਅਤੇ ਪਲੱਸ ਪ੍ਰੋਪਰਟੀ ਟੈਕਸ $250। ਸੋ ਇਹ ਜਿਹੜਾ ਹੈਗਾ ਨੰਬਰ ਹੈਗਾ ਤੁਹਾਡਾ $500,000 ਦੇ ਘਰ ਦੇ ਉੱਤੇ ਨੇ। ਸੋ $3,000 ਤੁਹਾਡਾ ਕੈਰਿੰਗ ਕੋਸਟ ਬਣੇਗਾ ਜੇ ਤੁਸੀਂ 5 ਲੱਖ ਦਾ ਘਰ ਬਾਏ ਕਰਨ ਬਾਰੇ ਸੋਚ ਰਹੇ ਹੋ। ਸੋ ਜੇ ਤੁਹਾਡੇ ਕੋਲ ਕੋਈ ਹੋਰ ਲਿਸਟਿੰਗ ਆ ਤੁਸੀਂ ਉਹਦੇ ਨੰਬਰ ਪਤਾ ਕਰਨਾ ਚਾਹ ਰਹੇ ਹੋ, ਤੁਸੀਂ ਮੈਨੂੰ ਰੀਚ ਆਊਟ ਕਰ ਸਕਦੇ ਹਾਂ, ਟੈਕਸਟ ਕਰ ਸਕਦੇ ਹਾਂ ਜਾਂ ਕਾਲ ਕਰ ਸਕਦੇ ਹਾਂ 416-726-1515 'ਤੇ।